ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਟੌੜਾ ਜੀ ਨੇ 1992 'ਚ ਮੈਨੂੰ ਅਕਾਲੀ ਦਲ 'ਚ ਸ਼ਾਮਿਲ ਕਰਿਆ। ਮੈਨੂੰ ਮਾਣ ਪ੍ਰਾਪਤ ਆ ਪ੍ਰਕਾਸ਼ ਸਿੰਘ ਬਾਦਲ ਜੀ ਵਰਗੇ, ਕੈਪਟਨ ਕਮਲਜੀਤ ਸਿੰਘ ਜੀ ਵਰਗੇ ਲੀਡਰਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਸਮਾਜਿਕ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ, ਲੋਕ ਮਤਲਬ ਵਾਸਤੇ ਆਪਣੀਆਂ ਵਫਾਦਾਰੀਆਂ ਤਬਦੀਲ ਕਰਦੇ ਹਨ। ਲੋਕਾਂ ਨੂੰ ਜਿਨ੍ਹਾਂ ਕੋਲ ਜਾਂਦੇ ਆ ਨਾ ਵੋਟ ਮੰਗਣ, ਪਤਾ ਹੀ ਨਹੀਂ ਲੱਗਦਾ ਵੀ ਇਹ ਕੈਂਡੀਡੇਟ ਕਿਹੜੀ ਪਾਰਟੀ ਤੋਂ ਆਇਆ। ਗਾਂਧੀ ਜੀ ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ 15 ਸਾਲ ਪਹਿਲਾਂ, 10 ਸਾਲ ਪਹਿਲਾਂ MP ਬਣੇ, ਜਿੱਤ ਕੇ ਮੈਨੂੰ ਤਾਂ ਕਦੇ ਪਰਫਾਰਮੈਂਸ ਕੋਈ ਨਜ਼ਰ ਨਹੀਂ ਆਈ। ਫਿਰ ਅਗਲੀ ਵਾਰ ਪਾਰਟੀ ਨੇ ਟਿਕਟ ਨਹੀਂ ਦਈ, ਆਜ਼ਾਦ ਖੜ੍ਹੇ ਹੋ ਗਏ। ਚਲੋ ਜੀ, ਉੱਥੇ ਗੱਲ ਨਹੀਂ ਬਣੀ, ਹੁਣ ਕਾਂਗਰਸ ਤੋਂ ਜਾ ਕੇ ਟਿਕਟ ਲੈ ਲਈ। ਇੱਕ ਪਿੰਡੂ ਹੋਣ ਦੇ ਨਾਤੇ ਮੈਂ ਇਹ ਸੋਚਦਾ ਵੀ ਜੇ ਕਿਸੇ ਦੇ ਗਲ 'ਚ ਸਰੋਪਾ ਪੈ ਜੇ, ਕਿਆ ਉਹਦੀ 1 ਸਕਿੰਟ 'ਚ ਵਿਚਾਰਧਾਰਾ ਚੇਂਜ ਹੋ ਗਈ? ਇੱਕ ਕੰਪਿਊਟਰ ਥੋੜ੍ਹੀ ਆ ਵੀ ਉਹਦਾ ਚਿੱਪ ਚੇਂਜ ਹੋ ਗਿਆ, ਵਿਚਾਰਧਾਰਾ ਤਾਂ ਉਹੀ ਰਹਿਣੀ ਆ ਜਿਹੜੀ 20 ਸਾਲਾਂ ਦੀ ਸੀਗੀ। ਹੁਣ ਮਹਾਰਾਣੀ ਸਾਹਿਬ ਤਾਂ ਦੇਖ ਲਿਓ ਤੁਸੀਂ, ਪਹਿਲਾਂ ਪਰਿਵਾਰ ਅਕਾਲੀ ਦਲ 'ਚ ਸੀਗਾ, ਫਿਰ ਕਾਂਗਰਸ 'ਚ ਆ ਗਿਆ। ਕਾਂਗਰਸ ਨੇ 2 ਵਾਰੀ ਮੁੱਖ ਮੰਤਰੀ ਬਣਾਇਆ, 4 ਵਾਰੀ ਮੈਂਬਰ ਪਾਰਲੀਮੈਂਟ ਬਣਾਇਆ, ਪਰਫਾਰਮੈਂਸ ਦੇ ਮਸਲੇ 'ਤੇ 0 ਆ। ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆ ਅਤੇ ਵੋਟਾਂ BJP ਵਾਸਤੇ ਮੰਗ ਰਹੇ, ਅਤੇ BJP ਪਾਰਟੀ ਦਾ ਵੀ ਦੇਖ ਲਿਓ ਤੁਸੀਂ। ਇੱਕ ਪਾਸੇ ਕਹਿੰਦੇ ਆ ਵੀ ਅਸੀਂ ਇੱਕ ਵਿਚਾਰਧਾਰਾ 'ਤੇ ਕੰਮ ਕਰਦੇ ਹਾਂ, ਪੰਜਾਬ 'ਚ ਪ੍ਰਧਾਨ ਵੀ ਕਾਂਗਰਸ ਤੋਂ ਲਿਆਉਣ ਕੇ ਬਣਾਇਆ, ਇਸਤਰੀ ਵਿੰਗ ਦੀ ਪ੍ਰਧਾਨ ਵੀ ਕਾਂਗਰਸ ਦੀ, BC ਵਿੰਗ ਦੀ ਪ੍ਰਧਾਨ ਵੀ ਕਾਂਗਰਸ ਤੋਂ, ਟਿਕਟਾਂ ਸਾਰੇ ਕਾਂਗਰਸੀਆਂ ਨੂੰ ਦਿੱਤੀਆਂ। ਅਤੇ ਇਹੋ ਜਿਹਾ ਕਿਹੜਾ ਫਾਰਮੂਲਾ ਕਿਹੜੀ ਮਸ਼ੀਨ 'ਚ ਤੁਸੀਂ ਕੱਢਦੇ ਆ ਵੀ 1 ਸਕਿੰਟ 'ਚ ਉਹਦੀ ਵਿਚਾਰਧਾਰਾ ਚੇਂਜ ਹੋ ਜਾਂਦੀ ਆ? ਮੈਨੂੰ ਹਲਕਾ ਇੰਚਾਰਜ ਮੋਹਾਲੀ 3 ਸਾਲ ਲਾਇਆ, 2400 ਕਰੋੜ ਰੁਪਏ ਉੱਥੇ ਖਰਚ ਹੋਏ। ਕਿਸੇ ਜ਼ਿਮੀਦਾਰ ਨੂੰ ਪੁੱਛੋ ਵੀ ਮੈਂ ਉਹਨਾਂ ਦਾ ਕਿਆ ਭਲਾ ਕਰਿਆ? ਇੱਕ ਸੜਕ 5 ਸਾਲ 'ਚ ਨਾ ਕਾਂਗਰਸ ਬਣਵਾ ਸਕੀ ਨਾ ਆਪ ਵਾਲੇ ਬਣਾ ਸਕੇ, ਅਸੀਂ ਪੰਜਾਬ ਦੀਆਂ ਸਾਰੀਆਂ ਸੜਕਾਂ ਹੀ ਅਕਾਲੀ ਦਲ ਨੇ ਬਣਾ ਦੀਆਂ ਸੀ। 25-25 ਗਨਮੈਨ ਲੈ ਕੇ ਜਾਂਦੇ ਆ, ਜਿਹੜੇ ਕਹਿੰਦੇ ਤੇ ਗਨਮੈਨਾਂ ਦੀ ਲੋੜ ਨਹੀਂ। ਅੱਜ ਮੇਰੇ ਕੋਲ ਕੋਈ ਗਨਮੈਨ ਹੈ ਇੱਥੇ? ਮੈਂ ਸਵੇਰ ਦਾ ਪਟਿਆਲੇ 'ਚ ਘੁੰਮ ਰਿਹਾ, ਇਹ ਘੁੰਮ ਕੇ ਦਿਖਾ ਦੇਣੇ ਇਹਨਾਂ ਨੂੰ, ਪਤਾ ਲੱਗ ਜੂਗਾ ਵੀ ਹਾਲਾਤ ਕਿਹੋ ਜਿਹੇ ਹੈਗੇ। ਕੇਂਦਰ ਦੀਆਂ ਜਿਹੜੀਆਂ ਪਾਰਟੀਆਂ ਸਿਰਫ ਲੁੱਟਣ ਵਾਸਤੇ ਆਉਂਦੀਆਂ, ਹੁਣ ਤੁਸੀਂ ਦੇਖੋ ਬਾਰਡਰ ਲਾ ਦਿਆ। ਮੈਂ ਤਾਂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਇਹਨਾਂ ਨੇ ਬਾਰਡਰ ਲਾਇਆ ਨਾ, ਤੁਸੀਂ 3ੇ ਕੇਂਦਰ ਦੀ ਪਾਰਟੀਆਂ ਦੇ ਬਾਰਡਰ ਲੌਕ ਕਰ ਦਿਓ। ਸਿਕਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਲੋਕ ਸਭਾ ਚੋਣਾਂ ਦੇ ਵਿੱਚ ਜੇ ਪਟਿਆਲਾ ਦੀ ਗੱਲ ਕਰੀਏ ਤਾਂ ਇੱਕ ਬਹੁਤ ਹੀ ਅਹਿਮ ਕੌਂਸਟੀਚੁਐਂਸੀ ਹੈਗੀ ਹੈ ਲੋਕ ਸਭਾ ਦਾ, ਜਿਹੜਾ ਹਲਕਾ ਹੈਗਾ। ਇਸ ਦੇ ਵਿੱਚ ਅਕਾਲੀ ਦਲ ਦੇ ਕੈਂਡੀਡੇਟ ਜਿਹੜੇ ਉਤਰੇ ਨੇ ਉਹ NK ਸ਼ਰਮਾ ਨੇ, ਜਿਹੜੇ ਕਿ ਡੇਰਾਬੱਸੀ ਤੋਂ ਨੇ, ਔਰ ਸੁਰਜੀਤ ਰੱਖੜਾ ਦੀ ਜਗ੍ਹਾ 'ਤੇ ਆਏ ਨੇ। ਪਹਿਲੇ ਸੁਰਜੀਤ ਰੱਖੜਾ ਨੂੰ ਉਤਾਰਦੇ ਹੁੰਦਾ ਸੀ ਅਕਾਲੀ ਦਲ। ਪਰ ਜੇ ਗੱਲ ਕਰੀਏ, ਕਿਉਂਕਿ ਪਟਿਆਲਾ ਕੌਂਸਟੀਚੁਐਂਸੀ ਖਾਸ ਤੌਰ 'ਤੇ ਗੜ ਮੰਨਿਆ ਜਾਂਦਾ ਕਾਂਗਰਸ ਦਾ, ਪਰ ਬੜੀ ਇੰਟਰਸਟਿੰਗ ਜੀ ਗੱਲ, ਖਾਸ ਕਰਕੇ ਜੇ NK ਸ਼ਰਮਾ ਦੀ ਸ਼ਖਸੀਅਤ ਦੇ ਬਾਰੇ ਗੱਲ ਕੀਤੀ ਜਾਏ ਤਾਂ ਮੈਨੂੰ ਵੀ ਤਾਜ਼ਾ ਤਰੀਨ ਹੀ ਪਤਾ ਲੱਗੀ, ਇੰਨੇ ਸਾਲ ਹੋ ਗਏ ਸਾਨੂੰ ਕਵਰ ਕਰਦੇ ਹੋਏ। ਕਹਿੰਦੇ ਜੀ MSc ਕੀਤੀ ਹੋਈ ਉਹਨਾਂ ਨੇ ਮੈਥਮੈਟਿਕਸ ਦੇ ਵਿੱਚ, ਔਰ ਉਹਨਾਂ ਦੀ ਬੈਕਗਰਾਊਂਡ BSc ਦੀ ਵੀ ਸਾਇੰਸ ਤੋਂ ਹੈਗੀ ਹੈ,
ਔਰ ਉਸਦੇ ਇਲਾਵਾ ਵੀ ਬੜੇ ਪੰਗੇ ਪੁੰਗੇ ਲਏ ਹੋਏ ਉਹਨਾਂ ਨੇ, ਕਿਉਂਕਿ ਪਾਇਲਟ ਦੇ ਤੌਰ 'ਤੇ ਵੀ ਕੋਰਸਿਸ ਕੀਤੇ ਸੀਗੇ, ਹੋਰ ਵੀ ਬਹੁਤ ਬਹੁਤ ਸਾਦੀ ਜਿਹੀ ਸ਼ਖਸੀਅਤ ਨੇ, ਔਰ ਬਹੁਤ ਹੀ ਮੈਨੂੰ ਵਧੀਆ ਲੱਗਿਆ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਕੇ। ਅਤੇ ਅੱਜ ਸਾਡੇ ਨਾਲ ਨੇ ਰੂਬਰੂ ਹੁੰਦੇ ਉਹਨਾਂ ਨਾਲ, ਪਟਿਆਲਾ ਬੈਠੇ ਹਾਂ ਅੱਜ ਉਹਨਾਂ ਦੇ ਕੋਲ ਅਸੀਂ। ਸ਼ਰਮਾ ਜੀ, ਪਹਿਲਾਂ ਤਾਂ ਕੋਂਗਰੈਚੁਲੇਸ਼ਨਸ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਮਿਹਰਬਾਨੀ ਭੈਣ ਜੀ ਤੁਹਾਨੂੰ। ਤੁਸੀਂ ਆ ਕੇ ਇੱਥੇ ਗਣਿਤ ਵਿਗਾੜਨ ਤਾਂ ਨਹੀਂ ਆਏ, ਮੈਂ ਅਸੀਂ ਗਣਿਤ ਕਰਕੇ ਆਏ ਹੋ ਕਿਤੇ ਇੱਥੇ ਇੱਥੋਂ ਵਾਲੇ ਜਿਹੜੇ ਹੈਗੇ ਨੇ, ਕਿਉਂਕਿ ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਪਹਿਲੇ ਸੁਰਜੀਤ ਰੱਖੜਾ ਸੀਗੇ, ਉਹਨਾਂ ਨੇ ਇੱਥੇ ਆਮ ਤੌਰ 'ਤੇ ਆਉਂਦੇ ਹੁੰਦੇ ਸੀ, ਹੁਣ ਤੁਹਾਨੂੰ ਪਾਰਟੀ ਨੇ ਇੱਥੇ ਉਮੀਦਵਾਰ ਦੇ ਤੌਰ 'ਤੇ ਉਤਾਰਿਆ, ਤੁਸੀਂ ਬਾਕੀਆਂ ਦਾ ਗਣਿਤ ਵਿਗਾੜਨ ਤਾਂ ਨਹੀਂ ਆਏ ਕਿਤੇ? ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਮੇਰੇ 'ਤੇ। ਮੈਂ ਸਮਝਦਾ ਕਿ ਮੈਨੂੰ ਪਰਮਾਤਮਾ ਨੇ ਹਰ ਚੀਜ਼ ਜਿਹੜੀ ਉਮੀਦ ਤੋਂ ਵੱਧ ਦਈ ਹੈ, ਮੈਂ ਇਹ ਮਹਿਸੂਸ ਕਰਦਾ ਹਾਂ। ਤੁਸੀਂ ਦੇਖੋ ਵੀ ਮੈਂ ਇੱਕ ਛੋਟੇ ਜਿਹੇ ਪਿੰਡ 'ਚ ਪੈਦਾ ਹੋਇਆ, ਸਰਕਾਰੀ ਸਕੂਲ 'ਚ ਮੈਂ ਪੜ੍ਹਿਆ, ਅਤੇ ਪਿੰਡ ਦਾ ਸਰਪੰਚ ਬਣਿਆ, ਦੋ ਵਾਰੀ ਕੌਂਸਲ ਪ੍ਰਧਾਨ ਬਣਿਆ, MLA ਬਣਿਆ, ਮਿਨਿਸਟਰ ਬਣਿਆ, ਔਰ ਮੈਨੂੰ ਮੇਰੇ ਆਦਾ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਟੌੜਾ ਜੀ ਨੇ 1992 'ਚ ਮੈਨੂੰ ਅਕਾਲੀ ਦਲ 'ਚ ਸ਼ਾਮਲ ਕਰਿਆ ਤਾ। ਮੈਨੂੰ ਮਾਣ ਪ੍ਰਾਪਤ ਆ ਪ੍ਰਕਾਸ਼ ਸਿੰਘ ਬਾਦਲ ਜੀ ਵਰਗੇ, ਕੈਪਟਨ ਕਮਲਜੀਤ ਸਿੰਘ ਜੀ ਵਰਗੇ ਲੀਡਰਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਮੈਨੂੰ ਸੁਖਬੀਰ ਸਿੰਘ ਬਾਦਲ ਜੀ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ। ਤੁਸੀਂ ਦੇਖੋ ਵੀ ਇੱਕ ਆਮ ਪਿੰਡ ਤੋਂ ਉੱਠ ਕੇ ਕਿਸ ਤਰ੍ਹਾਂ ਕੋਈ ਸੋਚ ਸਕਦਾ ਵੀ ਐਡੀ ਵੱਡੀ ਮੈਂਬਰ ਪਾਰਲੀਮੈਂਟ ਦੀ ਸੀਟ ਜਿੱਥੇ ਜਥੇਦਾਰ ਗੁਰਚੰਦ ਸਿੰਘ ਜੀ ਟੌੜਾ ਵਰਗੇ ਮਹਾਨ ਆਗੂ ਰਹੇ ਹੁਣ, ਉਸ ਜ਼ਿੰਮੇਵਾਰੀ ਮੈਨੂੰ ਮਿਲੀ ਆ। ਮੈਂ ਇਹ ਮਹਿਸੂਸ ਕਰਦਾ ਕਿ ਪਰਮਾਤਮਾ ਦੀ ਕਿਰਪਾ ਹੈਗੀ ਆ, ਔਰ ਮੈਂ ਪਰਮਾਤਮਾ ਨੂੰ ਜਾਣ ਕੇ ਮੈਂ ਇਹ ਵੀ ਵਿਸ਼ਵਾਸ ਕਰਦਾ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਮਿਹਰਬਾਨੀ ਸਦਕਾ ਮੈਨੂੰ ਟਿਕਟ ਮਿਲੀ, ਔਰ ਹਲਕੇ ਦੇ ਸਾਰੇ ਲੋਕਾਂ ਦਾ ਧੰਨਵਾਦ ਵੀ ਕਰਦਾ, ਇਹ ਵਿਸ਼ਵਾਸ ਦਵਾਉਂਦਾ ਵੀ ਕਦੀ ਅਲਾਂਭਾ ਨਹੀਂ ਆਊਗਾ, ਤੁਹਾਡਾ ਸੇਵਾਦਾਰ ਬਣ ਕੇ ਇਮਾਨਦਾਰੀ ਨਾਲ ਡਟ ਕੇ ਸੇਵਾ ਕਰਾਂਗਾ। ਅੱਜ ਸਮਾਜਿਕ ਕਦਰਾਂ ਕੀਮਤਾਂ ਖਤਮ ਹੁੰਦੀਆਂ ਜਾ ਰਹੀਆਂ, ਲੋਕ ਮਤਲਬ ਵਾਸਤੇ ਆਪਣੀਆਂ ਵਫਾਦਾਰੀਆਂ ਤਬਦੀਲ ਕਰਦੇ ਹਾਂ, ਲੋਕਾਂ ਨੂੰ ਜਿਨ੍ਹਾਂ ਕੋਲ ਜਾਂਦੇ ਆ ਨਾ ਵੋਟ ਮੰਗਣ, ਪਤਾ ਹੀ ਨਹੀਂ ਲੱਗਦਾ ਵੀ ਇਹ ਕੈਂਡੀਡੇਟ ਕਿਹੜੀ ਪਾਰਟੀ ਤੋਂ ਆਇਆ, ਕਿਉਂਕਿ ਤੁਸੀਂ ਦੇਖ ਲਿਓ ਵੀ ਪਿੱਛੇ ਕੁਛ ਆ, ਹੁਣ ਗਾਂਧੀ ਜੀ ਆ, ਪਹਿਲਾਂ ਆਮ ਆਦਮੀ ਪਾਰਟੀ ਤੋਂ ਲੜੇ 15 ਸਾਲ ਪਹਿਲਾਂ, 10 ਸਾਲ ਪਹਿਲਾਂ MP ਬਣੇ, ਜਿੱਤ ਕੇ ਮੈਨੂੰ ਤਾਂ ਕਦੇ ਪਰਫੋਰਮੈਂਸ ਕੋਈ ਨਜ਼ਰ ਨਹੀਂ ਆਈ। ਫਿਰ ਅਗਲੀ ਵਾਰ ਪਾਰਟੀ ਨੇ ਟਿਕਟ ਨਹੀਂ ਦਈ, ਆਜ਼ਾਦ ਖੜ੍ਹੇ ਹੋ ਗਏ, ਚਲੋ ਜੀ ਉੱਥੇ ਗੱਲ ਨਹੀਂ ਬਣੀ, ਹੁਣ ਕਾਂਗਰਸ ਤੋਂ ਜਾ ਕੇ ਟਿਕਟ ਲੈ ਲਈ। ਜਿਹੜੇ ਕਾਂਗਰਸ ਦੇ 9 ਹਲਕਿਆਂ 'ਚ ਵਰਕਰ ਸੀਗੇ ਉਹ ਚੀਕਾਂ ਮਾਰ ਰਹੇ ਹਾਂ, ਪਿੱਟ ਰਹੇ ਹਾਂ, ਕਿਸੇ ਦੀ ਕੋਈ ਪਰਵਾਹ ਨਹੀਂ ਹੈ, ਕਿੰਨਾ ਵਿਰੋਧ ਹੋਇਆ। ਮਤਲਬ ਇੱਕ ਪੇਂਡੂ ਹੋਣ ਦੇ ਨਾਤੇ ਮੈਂ ਇਹ ਸੋਚਦਾ ਵੀ ਜੇ ਕਿਸੇ ਦੇ ਗਲ 'ਚ ਸਰੋਪਾ ਪੈ ਜੇ, ਕਿਆ ਉਹਦੀ 1 ਸਕਿੰਟ 'ਚ ਵਿਚਾਰਧਾਰਾ ਚੇਂਜ ਹੋ ਗਈ? ਇੱਕ ਕੰਪਿਊਟਰ ਥੋੜ੍ਹੀ ਆ ਵੀ ਉਹਦਾ ਚਿੱਪ ਚੇਂਜ ਹੋ ਗਿਆ, ਵਿਚਾਰਧਾਰਾ ਤਾਂ ਉਹੀ ਰਹਿਣੀ ਆ ਜਿਹੜੀ 20 ਸਾਲਾਂ ਦੀ ਸੀਗੀ। ਹੁਣ ਮਹਾਰਾਣੀ ਸਾਹਿਬ ਦਾ ਦੇਖ ਲਿਓ ਤੁਸੀਂ, ਪਹਿਲਾਂ ਪਰਿਵਾਰ ਅਕਾਲੀ ਦਲ 'ਚ ਸੀਗਾ, ਫਿਰ ਕਾਂਗਰਸ 'ਚ ਆ ਗਿਆ, ਕਾਂਗਰਸ ਨੇ 2 ਵਾਰੀ ਮੁੱਖ ਮੰਤਰੀ ਬਣਾਇਆ, 4 ਵਾਰੀ ਮੈਂਬਰ ਪਾਰਲੀਮੈਂਟ ਬਣਾਇਆ, ਪਰਫੋਰਮੈਂਸ ਦੇ ਮਸਲੇ 'ਤੇ 0 ਆ। ਅੱਜ ਵੀ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਆ ਅਤੇ ਵੋਟਾਂ BJP ਵਾਸਤੇ ਮੰਗ ਰਹੇ ਆ, ਅਤੇ BJP ਪਾਰਟੀ ਦਾ ਵੀ ਦੇਖ ਲਿਓ ਤੁਸੀਂ, ਇੱਕ ਪਾਸੇ ਕਹਿੰਦੇ ਆ ਵੀ ਅਸੀਂ ਇੱਕ ਵਿਚਾਰਧਾਰਾ 'ਤੇ ਕੰਮ ਕਰਦੇ ਹਾਂ, ਪੰਜਾਬ 'ਚ ਪ੍ਰਧਾਨ ਵੀ ਕਾਂਗਰਸ ਤੋਂ ਲਿਆਉਣ ਕੇ ਬਣਾਇਆ, ਇਸਤਰੀ ਵਿੰਗ ਦੀ ਪ੍ਰਧਾਨ ਵੀ ਕਾਂਗਰਸ ਦੀ, BC ਵਿੰਗ ਦੀ ਪ੍ਰਧਾਨ ਵੀ ਕਾਂਗਰਸ ਤੋਂ, ਟਿਕਟਾਂ ਸਾਰੇ ਕਾਂਗਰਸੀਆਂ ਨੂੰ ਦਿੱਤੀਆਂ। ਅਤੇ ਇਹੋ ਜਿਹਾ ਕਿਹੜਾ ਫਾਰਮੂਲਾ ਕਿਹੜੀ ਮਸ਼ੀਨ 'ਚ ਤੁਸੀਂ ਕੱਢਦੇ ਆ ਵੀ 1 ਸਕਿੰਟ 'ਚ ਉਹਦੀ ਵਿਚਾਰਧਾਰਾ ਚੇਂਜ ਹੋ ਜਾਂਦੀ ਆ? ਜਿਹੜਾ 1 ਦਿਨ ਪਹਿਲਾਂ ਕਰਪਟ ਤਾ, 1 ਦਿਨ ਪਹਿਲਾਂ ਉਹ ਇਮਾਨਦਾਰ ਬਣ ਜਾਂਦਾ ਹੈਗਾ, ਮਤਲਬ ਵਿਚਾਰਧਾਰਾ ਖਤਮ ਹੋ ਗਈ। ਤੁਸੀਂ ਦੇਖੋ ਮੈਂ ਸਰਪੰਚ ਬਣਿਆ, ਮੇਰੇ ਪਿੰਡ ਦੀ 95% ਵੋਟ ਮੈਨੂੰ ਪੈਂਦੀ, ਕਿਉਂ ਪੈਂਦੀ ਆ? ਮੈਂ ਉੱਥੇ ਪਰਫੋਰਮੈਂਸ ਕਰੀ,
ਪ੍ਰਧਾਨ ਬਣਿਆ ਤੁਸੀਂ ਜੀਰਕਪੁਰ 'ਚ ਜਾ ਕੇ ਪਤਾ ਕਰ ਲਿਓ, ਅੱਜ ਵੀ ਜੇ ਇੱਕ ਇੱਟ ਵੀ ਲੱਗੀ ਹੈ ਤਾਂ ਮੇਰੀ ਲਾਈ ਹੋਈ ਹੈ। ਮੈਨੂੰ ਹਲਕਾ ਇੰਚਾਰਜ ਮੋਹਾਲੀ 3 ਸਾਲ ਲਾਇਆ, 2400 ਕਰੋੜ ਰੁਪਏ ਉੱਥੇ ਖਰਚ ਹੋਏ। ਕਿਸੇ ਜ਼ਿਮੀਦਾਰ ਨੂੰ ਪੁੱਛੋ ਵੀ ਮੈਂ ਉਹਨਾਂ ਦਾ ਕਿਆ ਭਲਾ ਕਰਿਆ। ਸੜਕਾਂ ਦੇਖ ਲਿਓ, ਸਟੇਡੀਅਮ ਦੇਖ ਲਿਓ, 2400 ਕਰੋੜ ਰੁਪਏ ਉੱਥੇ ਖਰਚ ਹੋਇਆ। ਡੇਰਾ ਵਸੀਮ ਐਮ ਐਲ ਏ ਬਣਿਆ, 1250 ਕਰੋੜ ਰੁਪਏ ਖਰਚ, ਬੜੇ ਬੜੇ ਪੁਲ, ਸੜਕਾਂ, ਸੀਵਰੇਜ, ਵਾਟਰ ਸਪਲਾਈ, ਗਰੀਬਾਂ ਦੀਆਂ ਲੈਟਰਿੰਗਾਂ, ਮਕਾਨ, ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਲਾਗੂ ਕਰਵਾਈਆਂ। ਹੁਣ ਜਿਹੜੇ ਮੇਰੇ ਮੁਕਾਬਲੇ 'ਚ ਖੜ੍ਹੇ ਆ ਨਾ ਜੀ, ਉਹਨਾਂ ਨੇ ਐਮ ਪੀ ਦੀ ਜਿਹੜੀ ਐਗਜਿਸਟੈਂਸੀ ਖਤਮ ਕਰ ਦਿੱਤੀ। ਲੋਕਾਂ ਨੂੰ ਪਤਾ ਹੀ ਨਹੀਂ ਵੀ ਐਮ ਪੀ ਪੋਸਟ ਦੀ ਮਰਿਆਦਾ ਕਿਆ, ਉਹਦੀਆਂ ਜੋਬਸ ਕਿਆ, ਉਹਦੀਆਂ ਰਿਸਪੋਂਸੀਬਿਲਿਟੀ ਕਿਆ ਹੈਗੀਆਂ। ਮਤਲਬ ਪਰਫੋਰਮ ਹੀ ਨਹੀਂ ਕਦੇ ਕਰਿਆ। ਹੁਣ ਮੈਂ ਚਲਿਆ ਗਿਆ ਜੀ ਉੱਥੇ ਛਤਰਾਣੇ, ਦੇਵੀ ਨਗਰ, ਹਰ ਸਾਲ ਜ਼ਿਮੀਦਾਰ ਡੁੱਬਦੇ ਆ, ਵਿਚਾਰੇ ਜ਼ਮੀਨ ਠੀਕ ਕਰਦੇ ਆ, ਅਗਲੀ ਵਾਰ ਫਿਰ ਬੀਜਦੇ ਆ, ਫਿਰ ਡੁੱਬ ਜਾਂਦੇ ਆ। ਮਤਲਬ ਇਹਨਾਂ ਨੂੰ ਪਰਵਾਹ ਕੋਈ ਨਹੀਂ। ਮੈਂ ਇੱਕ ਦਿਨ 'ਚ ਬਾਲ ਸਾਹਿਬ ਤੋਂ 500 ਕਰੋੜ ਦੇ ਕੰਮ ਪਾਸ ਕਰਵਾ ਲਏ ਤੇ 500-700 ਕਰੋੜ ਵੀ ਆ ਉਹਦੀ ਘੱਗਰ ਦੀ ਪਿਚਿੰਗ 'ਤੇ ਲੱਗਣਾ ਹੈਗਾ। ਇਹ ਸੀ ਐੱਮ ਰਹੇ ਉਹ ਨਹੀਂ ਕਰ ਸਕੇ, ਜਾਂ ਕਦੇ ਲੋਕ ਸਭਾ 'ਚ ਉੱਥੇ ਜਾ ਕੇ ਰੌਲਾ ਹੀ ਪਾਇਆ ਹੋਵੇ, ਕਦੇ ਨਾਰਾ ਹੀ ਮਾਰਿਆ ਹੋਵੇ, ਕਦੇ ਮਸਲਾ ਹੱਲ ਕਰਵਾਇਆ ਹੋਵੇ। ਬਾਦਲ ਸਾਹਿਬ ਨੇ ਬਾਦਲ ਪਿੰਡ ਤੱਕ ਸੜਕਾਂ ਬਣਾ ਦੀਆਂ। ਇਹ ਆ ਸਰਹੰਦ ਵਾਲੀ ਰੋਡ ਆ ਜਿਹੜੀ, ਦੇਖੋ ਕਿੰਨੀ ਭੀੜ ਆ, ਕਿੰਨੇ ਐਕਸੀਡੈਂਟ ਹੁੰਦੇ। ਇੱਕ ਸੜਕ 5 ਸਾਲ 'ਚ ਨਾ ਕਾਂਗਰਸ ਬਣਵਾ ਸਕੀ, ਨਾ ਆਪ ਵਾਲੇ ਬਣਾ ਸਕੇ। ਅਸੀਂ ਪੰਜਾਬ ਦੀਆਂ ਸਾਰੀਆਂ ਸੜਕਾਂ ਹੀ ਅਕਾਲੀ ਦਲ ਨੇ ਬਣਾ ਦੀਆਂ ਤੀ, ਸਾਰੇ ਥਰਮਲ ਪਲਾਂਟ ਅਕਾਲੀ ਦਲ ਨੇ ਬਣਾਏ, ਸਾਰੇ ਬਿਜਲੀ ਪਾਣੀ ਦੇ ਇੰਤਜ਼ਾਮ ਅਕਾਲੀ ਦਲ ਨੇ ਕਰੇ, ਜਿੰਨਾ ਹੈਲਥ ਦਾ ਇਨਫਰਾਸਟਰਕਚਰ ਕ੍ਰੀਏਟ ਹੋਇਆ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ, ਜਿੰਨਾ ਐਜੂਕੇਸ਼ਨ ਦਾ ਹੋਇਆ ਸਾਡੇ ਟਾਈਮ 'ਤੇ ਹੋਇਆ, ਆਈਟੀ ਸਿਟੀ, ਮੈਡੀ ਸਿਟੀ, ਐਜੂਕੇਸ਼ਨ ਸਿਟੀ, ਕਿੰਨੀਆਂ ਅਸੀਂ ਡਿਵੈਲਪਮੈਂਟਾਂ ਕਰੀਆਂ। ਫਿਰ ਇਨਫੋਸਿਸ, ਕਾਰਗਿਲ, ਨੈਰੋਲੈਕ, ITC, ਕਿੰਨੀਆਂ ਆਈਸਰ, ਨਾਈਪਰ, ਕਿੰਨੀਆਂ ਕੰਪਨੀਆਂ ਨੂੰ ਅਸੀਂ ਪੰਜਾਬ 'ਚ ਲੈ ਕੇ ਆਏ। ਅੱਜ ਬੱਚੇ ਵਿਚਾਰੇ ਵਿਦੇਸ਼ਾਂ 'ਚ ਘੁੰਮ ਰਹੇ ਆ, ਘਰਾਂ 'ਚ ਮਾਂ ਬਾਪ ਰਹਿ ਗਏ ਆ, ਕਿਸੇ ਨੂੰ ਰੁਜ਼ਗਾਰ ਹੀ ਨਹੀਂ ਮਿਲਦਾ। ਸ਼ਰਮਾ ਸਾਹਿਬ, ਵੈਸੇ ਤਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਵੀ ਕੰਪਨੀਆਂ ਤਾਂ ਮੈਂ ਵੀ ਲੈ ਕੇ ਆ ਰਿਹਾ, ਕੋਈ ਵੀ ਬਾਹਰ ਨਾ ਜਾਓ, ਅੰਗਰੇਜ਼ ਇੱਥੇ ਕੰਮ ਕਰਨ ਆਇਆ ਕਰਨਗੇ, ਸਾਰੇ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਜੇ ਪੰਜਾਬ ਦੀ ਵੀ ਗੱਲ ਕਰੀਏ। ਪਰ ਜੇ ਆਪਾਂ ਜੇ ਲੋਕ ਸਭਾ ਹਲਕਿਆਂ ਦੀ ਗੱਲ ਕਰੀਏ, 1 ਤੋਂ 9 ਹੋ ਜਾਂਦੇ ਨੇ ਜਦੋਂ MLA ਦੇ ਵਾਸਤੇ ਲੜਨਾ, ਇੱਕ ਹਲਕਾ ਹੁੰਦਾ ਤੁਹਾਡੇ ਕੋਲ। ਜਦੋਂ ਲੋਕ ਸਭਾ ਦੇ ਵਿੱਚ 9 ਕੌਂਸਟੀਚੁਐਂਸੀਜ਼ ਹੋ ਜਾਂਦੀਆਂ, ਪਟਿਆਲਾ ਕੌਂਸਟੀਚੁਐਂਸੀ 'ਚੋਂ 9 ਹਲਕੇ ਨੇ, ਉਹਦੇ ਵਿੱਚ ਵੱਖ ਵੱਖ ਵਿਧਾਇਕ ਨੇ, ਵਿਧਾਇਕਾਂ ਦੀ ਵੀ ਸਪੋਰਟ ਚਾਹੀਦੀ ਹੁੰਦੀ ਹੈ, ਡਿਫਰੈਂਟ ਪਾਰਟੀਜ਼ ਹੈਗੀਆਂ ਨੇ ਇਸ ਟਾਈਮ, ਸਾਰਾ ਡਿਫਰੈਂਟ ਹੋਇਆ ਪਿਆ ਕੰਮ ਸਿਨੈਰੀਓ। ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ, ਕਿਉਂਕਿ ਨਾ ਕਰਦੇ ਜੇ ਗੱਲ ਕਰੀਏ, ਜਿਸ ਤਰੀਕੇ ਨਾਲ 5 MLA ਉਤਾਰੇ ਨੇ ਆਮ ਆਦਮੀ ਪਾਰਟੀ ਨੇ ਆਪਣੇ, ਅਤੇ ਉਹਨਾਂ ਦੇ ਉੱਥੇ ਆਪ ਵੀ ਉੱਥੇ MLA ਨੇ ਜਿਹੜੇ ਉਹਨਾਂ ਦੀ ਬਾਂਹ ਫੜਨਗੇ ਜਾਂ ਉੱਥੇ ਮੋਬਲਾਈਜ਼ ਕਰਨਗੇ ਵੋਟਰ ਨੂੰ। ਤੁਹਾਡੇ ਜਿਹੜਾ ਇੱਥੇ ਜੇ ਗੱਲ ਕਰੀਏ ਪਟਿਆਲਾ ਕੌਂਸਟੀਚੁਐਂਸੀ ਦੀ, ਬੜਾ ਡਿਫਰੈਂਟ ਸਿਨੈਰੀਓ ਹੈਗਾ, ਕਿਉਂਕਿ ਸਾਰੇ ਜਿਹੜੇ MLAs ਨੇ ਉਹ ਡਿਫਰੈਂਟ ਨੇ, ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਇਕੱਠਾ ਕਰੋਗੇ ਸਾਰਾ ਦਾ ਸਾਰਾ ਵੋਟਰ, ਖਾਸ ਕਰਕੇ ਦੇਖਿਆ ਜਾਏ ਤਾਂ? ਤੁਸੀਂ ਦੇਖੋ ਨਾ, ਸਾਡੇ ਪੁਆਧੀ 'ਚ ਕਹਿੰਦੇ ਆ ਵਿਧਾਇਕ ਨੂੰ ਚੱਟਣਾ ਕਿਸੇ ਨੇ, ਜੇ ਉਹਦੀ ਪਰਫੋਰਮੈਂਸ ਹੀ 0, ਜੇ ਲੋਕਾਂ ਨੂੰ ਲੁੱਟਣਾ ਹੀ ਆ ਫਿਰ ਵਿਧਾਇਕ ਤੋਂ ਕਿਆ ਲੈਣਾ ਹੈਗਾ। ਸੋ ਇਹਨਾਂ ਦੇ ਵਿਧਾਇਕ ਨੇ ਸਿਵਾਏ ਲੁੱਟਣ ਤੋਂ, ਉਹਨਾਂ ਦੇ ਕਰੈਕਟਰ ਚੈੱਕ ਕਰ ਲਿਓ, ਕੱਖ ਵੀ ਨਹੀਂ ਕਰਿਆ ਹੈਗਾ। ਲੋਕ ਤੰਗ ਆ, 25-25 ਗਨਮੈਨ ਲੈ ਕੇ ਜਾਂਦੇ ਆ, ਜਿਹੜੇ ਕਹਿੰਦੇ ਤੇ ਗਨਮੈਨਾਂ ਦੀ ਲੋੜ ਨਹੀਂ। ਅੱਜ ਮੇਰੇ ਕੋਲ ਕੋਈ ਗਨਮੈਨ ਹੈ ਇੱਥੇ? ਮੈਂ ਸਵੇਰ ਦਾ ਪਟਿਆਲੇ 'ਚ ਘੁੰਮ ਰਿਹਾ, ਇਹ ਘੁੰਮ ਕੇ ਦਿਖਾ ਦੇਣਾ ਇਹਨਾਂ ਨੂੰ, ਪਤਾ ਲੱਗ ਜੂਗਾ ਵੀ ਹਾਲਾਤ ਕਿਹੋ ਜਿਹੇ ਹੈਗੇ। ਮਤਲਬ ਸਿਵਾਏ ਕਰਪਸ਼ਨ ਦੇ ਕੱਖ ਵੀ ਨਹੀਂ ਇਹਨਾਂ ਨੇ ਕਰਿਆ। ਇਹੀ ਹਾਲ ਕਾਂਗਰਸ ਦੀ ਸਰਕਾਰ ਦਾ ਰਿਹਾ ਹੈਗਾ, ਪਰਫੋਰਮੈਂਸ ਕੋਈ ਨਹੀਂ ਹੈਗੀ। ਸੋ ਮਤਲਬ ਹੈ ਸਾਡੀ ਟੀਮ ਇੱਕਜੁੱਟ ਆ, ਕਾਂਗਰਸ ਦੇ ਜਿਹੜੇ ਸਾਰੇ ਹਲਕਾ ਇੰਚਾਰਜਾਂ ਰੌਲਾ ਪਾ ਰਹੇ ਹਾਂ, ਆਪ ਵਾਲਿਆਂ ਦੇ ਤਾਂ ਪੱਲੇ ਹੀ ਕੱਖ ਨਹੀਂ ਹੈਗਾ। ਕਾਂਗਰਸ ਦਾ ਵੀ ਇਹੀ ਹਾਲ ਆ, ਆਪ ਦਾ ਵੀ ਇਹੀ ਹਾਲ ਆ, BJP ਦੇ ਵਰਕਰ ਵੀ ਘਰ ਬੈਠੇ ਆ। ਸਾਡੇ ਵਰਕਰ ਉਤਸ਼ਾਹ 'ਚ ਆ, ਅਸੀਂ ਵੱਡੇ ਮਾਰਜਨ ਨਾਲ ਜਿੱਤਣਗੇ। ਔਰ ਮੈਨੂੰ ਆਸ ਆ ਵੀ ਪੰਜਾਬ ਦੇ ਲੋਕ, ਸ਼੍ਰੋਮਣੀ ਅਕਾਲੀ ਦਲ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਆ,
ਪੰਜਾਬ ਦੇ ਹੱਕਾਂ ਵਾਸਤੇ ਡਟ ਕੇ ਲੜਦੀ ਰਹੀ ਆ ਔਰ ਅੱਜ ਪੰਜਾਬ ਦੇ ਹੱਕ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਆ। ਕੇਂਦਰ ਦੀਆਂ ਜਿਹੜੀਆਂ ਪਾਰਟੀਆਂ ਸਿਰਫ ਲੁੱਟਣ ਵਾਸਤੇ ਆਉਂਦੀਆਂ, ਹੁਣ ਤੁਸੀਂ ਦੇਖੋ ਬਾਰਡਰ ਲਾ ਦਿਆ। ਮੈਂ ਤਾਂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਸ ਤਰ੍ਹਾਂ ਇਹਨਾਂ ਨੇ ਬਾਰਡਰ ਲਾਇਆ ਨਾ, ਤੁਸੀਂ ਤਿੰਨੇ ਕੇਂਦਰ ਦੀ ਪਾਰਟੀਆਂ ਦੇ ਬਾਰਡਰ ਲੌਕ ਕਰ ਦਿਓ। ਤੁਸੀਂ ਵੋਟਾਂ ਪੰਜਾਬ ਦੀ ਪਾਰਟੀ ਨੂੰ ਪਾਓ, ਆਪਣੀ ਪਾਰਟੀ ਨੂੰ ਪਾਓ ਤਾਂ ਕਿ ਤੁਹਾਡੇ ਹੱਕਾਂ ਦੀ ਜਿਹੜੀ ਰਾਖੀ ਕਰੀ ਜਾ ਸਕੇ। ਹਜੇ ਵੈਸੇ ਤਾਂ ਕਾਗਜ਼ਾਤ ਜਿਹੜੇ ਭਰੇ ਜਾਣੇ ਆ, ਮਾਹੌਲ ਬਾਅਦ 'ਚ ਪੱਕੇਗਾ ਥੋੜ੍ਹਾ ਜਿਹਾ, ਕਿਉਂਕਿ ਜਦੋਂ ਕਾਗਜ਼ਾਤ ਭਰੇ ਜਾਣਗੇ ਸਕਿਉਰਟਨੀ ਹੁੰਦੀ ਹੈ, ਫਿਰ ਉਹਦੇ ਬਾਅਦ ਜਾ ਕੇ ਕਿਤੇ ਮਾਹੌਲ ਪੱਕਦਾ। ਹੁਣ ਵੈਸੇ ਵੀ ਜਿਹੜਾ ਥੋੜ੍ਹਾ ਕਿਸਾਨ ਜਿਹੜਾ ਦੂਜੇ ਪਾਸੇ ਲੱਗਿਆ ਹੋਇਆ, ਹਜੇ ਉਸ ਤਰੀਕੇ ਦੇ ਨਾਲ ਮਾਹੌਲ ਨਹੀਂ ਪੱਕਿਆ, ਕੁਛ ਦਿਨਾਂ ਨੂੰ ਪੱਕੇਗਾ। ਪਰ ਜੇ ਦੂਸਰੇ ਪਾਸੇ ਗੱਲ ਕੀਤੀ ਜਾਏ ਤਾਂ ਕਿਸਾਨਾਂ ਨੇ ਚਾਹੇ ਹਜੇ ਵੋਟਾਂ ਦਾ ਮਾਹੌਲ ਉਸ ਤਰੀਕੇ ਦੇ ਨਾਲ ਨਹੀਂ ਪੱਕਿਆ, ਪਰ ਬੀਜੇਪੀ ਦੇ ਕੈਂਡੀਡੇਟ ਜਿਹੜੇ ਨੇ ਉਹਨਾਂ ਦਾ ਰਸਤਾ ਜ਼ਰੂਰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਨਾ ਕਰਦੇ ਜੇ ਗੱਲ ਕਰੀਏ ਕੇਂਦਰ ਦੇ ਸਾਹਮਣੇ ਜਿਸ ਤਰੀਕੇ ਦੇ ਨਾਲ ਆਡਾ ਲਾਇਆ ਸੀਗਾ ਕਿਸਾਨਾਂ ਨੇ ਇੱਕ ਸਾਲ ਦੇ ਤੱਕ, ਉਹਦੇ ਬਾਅਦ ਜਦੋਂ ਹੁਣ ਤੁਸੀਂ ਵੀ ਜਾਓਗੇ, ਕਿਉਂਕਿ ਉਦੋਂ ਭਾਈਵਾਲ ਪਾਰਟੀ ਸੀਗੇ ਤੁਸੀਂ ਬੀਜੇਪੀ ਦੀ, ਤੁਹਾਨੂੰ ਕਿਸਾਨ ਪੁੱਛੇਗਾ ਕੁਛ ਜਾਂ ਤੁਹਾਨੂੰ ਸਵਾਲ ਕਰਨਗੇ, ਕਿਉਂਕਿ ਉਹਨਾਂ ਨੇ ਵੀ ਆਪਣੇ ਖਾਕੇ ਤਿਆਰ ਕੀਤੇ ਹੋਏ ਹੈ ਕਿ ਉਮੀਦਵਾਰਾਂ ਨੂੰ, ਹਰ ਇੱਕ ਉਮੀਦਵਾਰ ਨੂੰ ਜ਼ਰੂਰ ਪੁੱਛਾਂਗੇ ਜਿਹੜਾ ਵੀ ਸਾਡੇ ਹਲਕੇ 'ਚ ਆਏਗਾ, ਕਿਉਂਕਿ ਨਾ ਕਰਦੇ ਪਿੱਛੇ ਜੇ ਤੁਹਾਨੂੰ ਪਤਾ ਹੀ ਹੋਣਾ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਵੀ ਆਪਣੀ ਲਿਸਟਿੰਗ ਕਰ ਰਹੇ ਨੇ ਕਿ ਆਪਣੇ ਪੁਆਇੰਟਸ ਅਸੀਂ ਜ਼ਰੂਰ ਹਲਕੇ 'ਚ ਆਉਣ ਵਾਲੇ ਹਰ ਉਮੀਦਵਾਰ ਨੂੰ ਪੁੱਛਾਂਗੇ। ਜ਼ਰੂਰ, ਮੈਂ ਤਾਂ ਬੇਨਤੀ ਕਰਾਂਗਾ ਵੀ ਪਰਫਾਰਮੈਂਸ ਜ਼ਰੂਰ ਚੈੱਕ ਕਰੋ, ਕਾਰਗੁਜ਼ਾਰੀ ਜ਼ਰੂਰ ਚੈੱਕ ਕਰੋ। ਤੁਸੀਂ ਦੇਖੋ ਵੀ ਕਿਉਂ ਕਿਸਾਨ ਰੋਕ ਰਹੇ ਹੈ। MSP ਬਾਲ ਸਾਹਿਬ ਨੇ ਸੰਘਰਸ਼ ਕਰਕੇ ਦਵਾਈ ਸੀਗੀ, ਪੰਜਾਬ ਬਰਬਾਦ ਹੋ ਗਿਆ ਕਣਕ ਔਰ ਜੀਰੀ ਦੀ ਫਸਲ ਦਿੰਦੇ ਦਿੰਦੇ। ਦੂਸਰੀ ਫਸਲ ਪੰਜਾਬ ਦਾ ਕਿਸਾਨ ਇਸ ਕਰਕੇ ਨਹੀਂ ਵੇਚ ਸਕਦਾ ਵੀ ਕੋਈ ਉਹਨਾਂ ਦਾ ਗਾਹਕ ਨਹੀਂ ਹੈਗਾ। ਕਿਸਾਨ ਡਿਮਾਂਡ ਕਰ ਰਹੇ ਹਾਂ ਵੀ ਸਾਨੂੰ ਸਿਰਫ ਗਰੰਟੀ ਦੇ ਦਿਓ ਵੀ ਮੱਕੀ ਜਿਹੜੀ ਆ, ਮੰਨ ਲਓ 2400 ਰੁਪਏ ਵਿਕ ਜੂਗੀ, ਤੁਸੀਂ ਚੱਕੋਗੇ ਦੂਸਰੀਆਂ ਫਸਲਾਂ। ਪਾਣੀ ਸਾਡਾ ਬਰਬਾਦ ਹੋ ਗਿਆ, ਜਵਾਨੀ ਸਾਡੀ ਬਰਬਾਦ ਹੋ ਰਹੀ ਆ। ਕਿਸਾਨ ਤਾਂ ਗਰੰਟੀ ਮੰਗ ਰਹੇ ਹਨ ਜੀ, ਇਹ ਉਹਨਾਂ ਦੇ ਗੋਲੀਆਂ ਮਾਰ ਰਹੇ ਹਾਂ। ਮੈਂ ਅੱਜ ਵੀ ਮਹਾਰਾਣੀ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਦੇਖੋ, ਮਹਿਲਾਂ 'ਚ ਪੈਦਾ ਹੋਈ ਹਾਂ, ਖਾਨਦਾਨੀ ਤੁਸੀਂ ਰਾਜੇ ਹਾਂ, 2 ਵਾਰੀ ਮੁੱਖ ਮੰਤਰੀ ਰਹੇ ਹਾਂ, 4 ਵਾਰੀ MP ਰਹੇ ਹਾਂ, ਕਿਸਾਨ ਅੱਜ ਵੀ ਰੇਲਾਂ ਰੋਕੀ ਬੈਠੇ ਹਾਂ, ਤੁਹਾਡੀ ਚੱਲਦੀ ਬਹੁਤ ਆ। ਤੁਸੀਂ ਤਾਂ ਅਮਿਤ ਸ਼ਾਹ ਜੀ ਨੂੰ ਇੱਕ ਫੋਨ ਕਰਦੇ ਹਾਂ, 4-4 ਬੱਸਾਂ CRP ਦੀ ਭੇਜ ਦਿੰਦੇ ਆ ਵੀ ਕਿਰਪਾ ਕਰੋ, ਜਿਹੜੇ ਬੱਚੇ ਵਿਚਾਰੇ ਫੜੇ ਆ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ, ਇੱਕ ਤਾਂ ਉਹਨਾਂ ਨੂੰ ਛਡਵਾ ਦਿਓ। ਭਗਵੰਤ ਮਾਨ ਵੀ ਤੁਹਾਡਾ ਹੀ ਆ, ਉਹਨੇ ਵਿਚਾਰੇ ਨੇ ਅਮਿਤ ਸ਼ਾਹ ਦੇ ਗੋਡੇ ਫੜਨੇ ਹੁੰਦੇ ਆ ਹਫ਼ਤੇ 'ਚ ਇੱਕ ਵਾਰੀ ਜਾ ਕੇ, ਸੋ ਤੁਸੀਂ ਘੱਟ ਤੋਂ ਘੱਟ ਉਹ ਬੱਚਿਆਂ ਨੂੰ ਛਡਵਾ ਦਿਓ। ਦੂਸਰੀ ਜੋ ਕਿਸਾਨ ਮੰਗ ਰਹੇ ਆ, ਨਜਾਇਜ਼ ਤਾਂ ਕੁਛ ਨਹੀਂ, ਤੁਸੀਂ ਉਹਨਾਂ ਨੂੰ ਦਵਾ ਦਿਓ ਬੈਂਕ ਜਿਹੜੀ ਗਰੰਟੀ ਮੰਗ ਰਹੇ ਆ। ਔਰ ਅਸੀਂ ਕਿਸਾਨਾਂ ਨਾਲ ਵਾਅਦਾ ਕਰਦੇ ਹਾਂ ਵੀ ਅਸੀਂ ਕਿਸਾਨਾਂ ਦੀ ਲੜਾਈ ਡਟ ਕੇ ਲੜਾਂਗੇ, ਡਟ ਕੇ ਜਿੱਥੇ ਤੱਕ ਵੀ ਗਿਆ। ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਜਦ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ, ਬਿਲਕੁਲ ਵੀ ਨਹੀਂ, ਨਾ ਸਾਨੂੰ ਜ਼ਰੂਰਤ ਹੈਗੀ ਹੈ। ਸਿਰਫ ਪੰਜਾਬ ਦੇ ਹੱਕਾਂ ਦੀ ਲੜਾਈ, ਕਿਸਾਨਾਂ ਦੀ ਲੜਾਈ, ਲੋਕ ਸਭਾ 'ਚ ਵੀ, ਸੜਕਾਂ 'ਤੇ ਵੀ ਡਟ ਕੇ ਲੜਾਂਗੇ। ਔਰ ਮੇਰਾ ਤਾਂ ਵਾਅਦਾ, ਦੇਖੋ ਅੱਜ ਵੋਟਾਂ ਦਾ ਟਾਈਮ ਆ, ਹੁਣ ਤਾਂ ਮੈਂ ਉੱਥੇ ਅੰਦੋਲਨ 'ਚ ਨਹੀਂ ਜਾਣਾ, ਜਿੱਤ ਕੇ ਸਭ ਤੋਂ ਪਹਿਲਾਂ ਉਹਨਾਂ ਕੋਲ ਜਾਊਂਗਾ, ਜੋ ਕਹਿਣਗੇ ਉਹੀ ਲੋਕ ਸਭਾ 'ਚ ਬੋਲੂੰਗਾ, ਔਰ ਜਦ ਤੱਕ ਮਸਲਾ ਹੱਲ ਨਹੀਂ ਹੋਊਗਾ ਟਿੱਕੇ ਨਹੀਂ ਬੈਠਾਂਗਾ। ਮੈਂ ਦੇਖੋ ਬਾਕੀ ਲੀਡਰਾਂ ਦੀ ਤਰ੍ਹਾਂ ਨਹੀਂ, ਅੱਜ ਤੱਕ ਸਾਡੀ ਪਾਰਟੀ ਨੇ ਵੀ ਮੈਂ ਜੋ ਕਮਿਟਮੈਂਟ ਕਰੀ ਉਹਦੇ 'ਤੇ ਪੂਰਾ ਉਤਰਿਆ, ਅੱਗੇ ਵੀ ਵਿਸ਼ਵਾਸ ਦਵਾਉਂਦਾਂਗੇ ਤੁਹਾਡੀ ਹਰ ਕਮਿਟਮੈਂਟ 'ਤੇ ਪੂਰਾ ਉਤਰਾਂਗਾ, ਤੁਹਾਨੂੰ ਉਲਾਂਭਾ ਨਹੀਂ ਆਊਗਾ। ਜਿਹੜੇ ਪਟਿਆਲਾ ਲੋਕ ਸਭਾ ਹਲਕਾ ਪੂਰਾ ਦਾ ਪੂਰਾ, ਉਹਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਤੁਸੀਂ ਏਅਰਮਾਰਕ ਕਰ ਲਈਆਂ, ਕਿਉਂਕਿ ਤੁਸੀਂ ਇੱਕ ਵਿਧਾਇਕ, ਜਿਹੜਾ ਵਿਧਾਇਕ ਦਾ ਇੱਕ ਹਲਕਾ ਹੁੰਦਾ, ਉਸ 'ਚੋਂ ਨਿਕਲ ਕੇ ਹੁਣ ਇੱਕ ਵੱਡੀ ਜਗ੍ਹਾ 'ਤੇ ਆਏ ਹੋ, ਇੱਕ ਵੱਡੀ ਸਪੇਸ 'ਚ ਆ ਰਹੇ ਹੋ, ਕੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਦੀ ਡਿਮਾਂਡਸ ਨੇ ਜਾਂ ਇਹਦੀਆਂ ਸਮੱਸਿਆਵਾਂ ਸੀਗੀਆਂ ਜਿਹੜੀਆਂ ਪਹਿਲੇ MP ਨਹੀਂ ਪੂਰੀਆਂ ਕਰ ਸਕੇ, ਤਾਂ ਤੁਸੀਂ ਉਹਨਾਂ ਦੇ ਬਾਰੇ ਵਿਚਾਰ ਕਰਨਾ ਸ਼ੁਰੂ ਕੀਤਾ, ਕਿਉਂਕਿ ਸ਼ੁਰੂਆਤੀ ਦੌਰ ਹੈ ਹਜੇ ਤਾਂ? ਦੇਖੋ ਏਅਰਮਾਰਕ ਤਾਂ ਨਾ ਜੀ ਉਹ ਕਰੇ ਜਿਹੜਾ ਮਹਿਲਾਂ 'ਚ ਪੈਦਾ ਹੋਇਆ, ਜਿਹਨੇ ਘਰ ਤੋਂ ਬਾਹਰ ਨਿਕਲ ਕੇ ਦੇਖਿਆ ਹੀ ਨਾ ਹੋਏ, ਜਾਂ ਜਿਹੜਾ ਐਵੇਂ ਉਡਾਰੀਆਂ ਮਾਰਦਾ ਫਿਰਦਾ ਹੋਏ,
ਜਾਂ ਜਿਹੜੇ ਬੜੇ ਘਰਾਂ 'ਚ ਹੈਗੇ ਆ। ਮੈਂ ਤਾਂ ਜੀ ਪੈਦਾ ਇੱਥੇ ਹੋਇਆ, ਮੈਂ ਜਦੋਂ ਸਰਪੰਚ ਬਣਿਆ ਮੈਂ 15-20 ਪੰਚਾਇਤਾਂ ਦਾ ਤਾਂ ਮੈਂ ਪ੍ਰਧਾਨ ਤਾ, ਅਤੇ ਰਾਜਪੁਰਾ ਸਾਡਾ BDO ਦਫ਼ਤਰ ਦਾ, ਪਟਿਆਲੇ ਸਾਡੇ DC ਸਾਹਿਬ ਬੈਠਦੇ ਤੇ, ਮੈਂ ਰੋਜ਼ ਆਉਂਦਾ ਤਾ। ਮੈਂ ਜਦੋਂ ਛੋਟਾ ਹੁੰਦਾ ਤਾਂ ਨਾ ਜੀ, ਮੈਂ ਤੁਹਾਨੂੰ ਦੱਸਾਂ, ਮੇਰੇ ਘਰ ਪਾਣੀ ਦੀ ਟੂਟੀ ਲਵਾਉਣੀ ਸੀਗੀ, ਕਾਂਗਰਸ ਦੀ ਸਰਕਾਰ ਸੀ। 6 ਮਹੀਨੇ ਮੈਂ ਚੱਕਰ ਮਾਰੇ ਰਾਜਪੁਰੇ ਬੱਸਾਂ 'ਚ, ਤਾਂ ਜਾ ਕੇ ਇੱਕ ਪਾਣੀ ਦਾ ਕਨੈਕਸ਼ਨ ਮਿਲਿਆ ਤਾ। ਅਸੀਂ ਘਰ ਘਰ ਟਿਊਬਵੈੱਲ ਲਾਈ ਹੈਗੀ। ਸਮੱਸਿਆ ਤਾਂ ਤੁਸੀਂ ਦੇਖੋ, ਆ ਸੜਕ ਕਿੱਡੀ ਵੱਡੀ ਗੱਲ ਆ। ਜੇ ਲੋਕ ਸਭਾ 'ਚ ਜਾ ਕੇ ਰੌਲਾ ਹੀ ਨਹੀਂ ਪਾ ਸਕਦਾ ਤੁਹਾਡਾ MP, ਕਾਹਦੇ ਵਾਸਤੇ ਬਣਾਉਣਾ? ਘੱਗਰ ਦੇ ਪਾਣੀ ਦਾ ਮਸਲਾ ਹੈਗਾ। ਜੇ ਲੋਕ ਸਭਾ 'ਚ ਜਾ ਕੇ ਤੁਹਾਡਾ MP ਬੋਲ ਹੀ ਨਹੀਂ ਸਕਦਾ, ਕਾਹਦੇ ਵਾਸਤੇ ਤੁਸੀਂ ਉਹਨੂੰ ਬਣਾਉਣਾ ਹੈਗਾ? ਆਹ ਸੜਕਾਂ ਹੈਗੀਆਂ, ਜਗ੍ਹਾ ਜਗ੍ਹਾ ਖੱਡੇ ਪਏ। ਹੈਲਥ ਦਾ ਹੈਗਾ, ਬੀਬਾ ਹਰਸਿਮਰਤ ਕੌਰ ਬਾਦਲ ਜੀ ਜੇ ਬਠਿੰਡੇ 'ਚ AIIMS ਬਣਵਾ ਸਕਦੇ ਆ, ਤੁਸੀਂ ਪਟਿਆਲੇ 'ਚ ਵੀ ਤਾਂ ਕੋਈ ਇਨਫਰਾਸਟਰਕਚਰ ਕ੍ਰੀਏਟ ਕਰ ਸਕਦੇ ਆ ਨਾ, ਤੁਹਾਡੀ ਸੋਚ ਹੀ ਨਹੀਂ। ਹੁਣ ਕਿਸਾਨਾਂ ਦੀਆਂ ਨਾ ਜ਼ਮੀਨਾਂ ਐਕੁਆਇਰ ਹੋ ਰਹੀਆਂ ਜੀ, ਐਕਸਪ੍ਰੈਸਵੇ ਵਾਸਤੇ, ਸੜਕਾਂ ਵਾਸਤੇ। ਕੇਂਦਰ ਨੇ ਪੈਸੇ ਦੇਣੇ ਆ, ਕਾਨੂੰਨ ਬਣ ਗਿਆ ਵੀ ਜਿੰਨਾ ਮਾਰਕੀਟ ਰੇਟ ਆ ਉਹ ਤੋਂ 3 ਗੁਣਾ ਜ਼ਿਆਦਾ ਪੈਸੇ ਦੇਣੇ ਆ, ਕਲੈਕਟਰ ਰੇਟ ਤੋਂ 4 ਗੁਣਾ ਜ਼ਿਆਦਾ ਦੇਣੇ, ਇਹ ਕਾਨੂੰਨ ਬਣੇ ਹੋਏ ਆ। ਅੱਛਾ, ਇਹ ਕਿਆ ਕਰਦੇ ਆ, ਜਿਹੜੀ ਜ਼ਮੀਨ ਦੀ ਕੀਮਤ 1 ਕਰੋੜ ਰੁਪਏ ਕਿੱਲਾ, ਉਹਦੀ ਕੀਮਤ 15 ਲੱਖ ਰੁਪਏ ਕਿੱਲਾ ਪਾਉਂਦੇ ਆ। ਹੁਣ ਮੇਰੇ ਹਲਕੇ 'ਚ ਜ਼ਮੀਨ ਐਕੁਆਇਰ ਹੋਈ, 5 ਗਰਾਈ ਆ ਉੱਥੇ ਸਾਡੀ, ਉੱਥੇ ਬਾਕਰਪੁਰ 'ਚ MLA ਸਾਹਿਬ ਦੀ ਜ਼ਮੀਨ ਐਕੁਆਇਰ ਹੋਈ 11 ਕਿੱਲੇ, ਉਹਨੂੰ 4 ਕਰੋੜ 75 ਲੱਖ ਰੁਪਏ ਏਕੜ ਦੇ ਆ। ਜਿਹੜੀ ਉਹਦੇ ਬਿਲਕੁਲ ਵੱਟ ਤੋਂ ਇੱਧਰਲੇ ਪਾਸੇ ਜ਼ਮੀਨ ਐਕੁਆਇਰ ਹੋਈ, ਉਹਨੂੰ 1 ਕਰੋੜ 62 ਲੱਖ ਰੁਪਏ ਏਕੜ। ਸਮਝ ਗਏ ਨਾ ਜੀ? ਹੁਣ ਜੇ ਮੇਰੇ ਪੱਲੇ ਕੁਛ ਹੋਊਗਾ, ਮੈਂ ਵਿਧਾਨ ਸਭਾ 'ਚ ਜਾ ਕੇ, ਲੋਕ ਸਭਾ 'ਚ ਜਾ ਕੇ ਰੌਲਾ ਪਾਵਾਂਗਾ, ਅਮਿਤ ਸ਼ਾਹ ਨੂੰ ਪੁੱਛਾਂਗਾ ਵੀ ਤੈਨੂੰ ਉਸ ਵਿਧਾਇਕ ਸਾਹਿਬ ਨੇ ਕਿਆ ਸੇਵਾ ਕਰੀ ਆ, ਤੇਰੇ ਉਹਦੇ ਨਾਲ ਕਿਆ ਰਿਲੇਸ਼ਨ ਆਮ ਆਦਮੀ ਪਾਰਟੀ ਨਾਲ, ਵੀ ਤੁਸੀਂ ਐਡਾ ਬੜਾ ਧੋਖਾ ਕਰ ਰਹੇ, ਉਹਨੂੰ 4-75 ਦੇ ਰਹੇ, ਇਹਨਾਂ ਜ਼ਿਮੀਦਾਰਾਂ ਨੂੰ 4-75 ਕਿਉਂ ਨਹੀਂ ਦਿੰਦੇ? ਇਹ ਮੇਰੇ 'ਚ ਪਾਵਰ ਹੋਊਗੀ, ਮੈਂ ਤਾਂ ਹੀ ਉੱਥੇ ਜਾ ਕੇ ਗੱਲ ਕਰੂੰਗਾ ਨਾ। ਫਿਰ ਸੜਕ ਬਣਨੀ ਆ 20 ਫੁੱਟ ਉੱਚੀ, ਦੋਨੇ ਪਾਸੇ ਸਲਿੱਪ ਰੋਡਾਂ ਹੈ ਨਹੀਂ, ਜ਼ਿਮੀਦਾਰਾਂ ਦੀ ਜ਼ਮੀਨਾਂ ਬਰਬਾਦ ਹੋ ਜਾਣੀਆਂ, ਘੱਟ ਤੋਂ ਘੱਟ ਸਲਿੱਪ ਰੋਡਾਂ ਦੀ ਲੜਾਈ ਤਾਂ ਲੜੀ ਜਾਏ। ਸਮਝ ਗਏ ਨੇ? ਰੇਲਵੇ ਲਾਈਨ ਨਿਕਲ ਰਹੀ ਆ, ਮੇਰੇ ਹਲਕੇ 'ਚ ਵੀ ਨਿਕਲ ਰਹੀ, ਬਾਕੀ ਵੀ ਨਿਕਲ ਰਹੀ ਆ। ਮੈਂ ਬਹੁਤ ਸਾਰੇ ਜਦੋਂ MLA ਤਾਂ ਦਿੱਲੀ ਜਾ ਕੇ ਬਹੁਤ ਸਾਰੇ ਅੰਡਰ ਪਾਤ ਕਢਵਾ ਦਿੱਤੇ, 3-4 ਰਹਿ ਗਏ ਤੇ, ਪਟਿਆਲੇ 'ਚ ਵੀ ਸਾਰੇ 'ਚ ਆਉਣੇ, ਕਿਸੇ ਨੇ ਗੱਲੇ ਨਹੀਂ ਕਰੀ ਲੋਕ ਸਭਾ 'ਚ, ਅੱਜ ਤੱਕ ਉਤਰੀ ਪਈ ਆ। ਉਹ ਮਸਲੇ ਹੱਲ ਕਰਵਾਉਣੇ ਆ, MSP ਦੀ ਗਰੰਟੀ ਦਾ ਮਸਲਾ ਜਿਹੜਾ ਉਹਦਾ ਰੌਲਾ ਪਾਉਣਾ ਆ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲਬਾਤ ਹੈਗੀ ਆ। ਸਾਡਾ ਹੁਣ ਭਾਖੜਾ ਨਗਲ ਦਾ ਬੋਰਡ ਤਾਂ ਜਿਹੜਾ, ਉਹਦੇ 'ਚ ਪੰਜਾਬ ਦਾ 1 ਮੈਂਬਰ ਹੁੰਦਾ, ਤਾਂ ਇਹਨੇ ਚੱਕ ਕੇ ਪਾਸੇ ਮਾਰਿਆ। ਮਤਲਬ ਤਾਂ ਇਹ ਆ ਵੀ ਖੇਤਰੀ ਪਾਰਟੀ ਨੂੰ ਬਰਬਾਦ ਕਰਨਾ, ਔਰ ਪੰਜਾਬ ਨੂੰ ਮਿਊਂਸੀਪਲਟੀ ਬਣਾਉਣ ਵਾਲੇ ਪਾਸੇ ਕੇਂਦਰ ਸਰਕਾਰ ਲੱਗੀ ਹੋਈ ਆ। ਜੇ ਅਸੀਂ ਆਵਾਜ਼ ਨਹੀਂ ਚੱਕਾਂਗੇ, ਕੇਂਦਰ ਦੀਆਂ ਪਾਰਟੀਆਂ ਨੇ ਥੋੜ੍ਹੀ ਆਵਾਜ਼ਾਂ ਚੱਕਣੀਆਂ। ਆਮ ਆਦਮੀ ਵੀ ਕੇਂਦਰ ਦੀ ਆ, ਕਾਂਗਰਸ ਵੀ ਕੇਂਦਰ ਦੀ ਆ, ਸੈਂਟਰ ਦੀ ਆ। ਪੰਦਰਵਾੜਾ ਚੱਲ ਰਿਹਾ ਹੁਣ, ਜੂਨ ਦੇ ਮਹੀਨੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਹੋਇਆ ਤਾ, ਤੁਹਾਨੂੰ ਪਤਾ ਹੀ ਹੈ ਨਾ ਜੀ। ਕਾਂਗਰਸ ਨੇ ਐਡਾ ਬਰਬਾਦ ਕਰਿਆ ਪੰਜਾਬ ਨੂੰ। ਕਹਿੰਦੇ ਆ ਨਾ ਵੀ ਬਾਦਲ ਸਾਹਿਬ ਨੇ BJP ਨਾਲ ਸਮਝੌਤਾ ਕਰਿਆ, ਕੋਈ ਸਮਝੌਤਾ ਵੋਟਾਂ ਵਾਸਤੇ ਥੋੜ੍ਹੀ ਕਰਿਆ ਤਾ। ਉਸ ਟਾਈਮ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਹੋਇਆ, 84 'ਚ ਕਤਲੇਆਮ ਹੋਇਆ, ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰਕ ਸਾਂਝੀ ਖਤਰੇ 'ਚ ਪੈ ਗਈ, ਅਤੇ ਇਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕਰੀ। ਪੰਜਾਬ ਦੇ ਅੰਦਰ ਹਿੰਦੂ ਸਿੱਖ ਮੁਸਲਮਾਨ ਈਸਾਈ ਇਕੱਠੇ ਰਹਿਣ, ਅਮਨ ਸ਼ਾਂਤੀ ਭਾਈਚਾਰਕ ਸਾਂਝ ਰਹੇ, ਉਸ ਵਾਸਤੇ ਸਮਝੌਤਾ ਕਰਿਆ ਤਾ ਬਾਦਲ ਸਾਹਿਬ ਨੇ। ਉਸ ਟਾਈਮ ਤਾਂ ਹਿੰਦੁਸਤਾਨ 'ਚ 1 ਵੀ ਸੀਟ ਨਹੀਂ ਤੀ BJP ਦੀ, ਪੂਰੇ ਇੰਡੀਆ 'ਚ, ਪੰਜਾਬ 'ਚ ਕੱਖ ਵੀ ਨਹੀਂ ਤਾ, ਇਹਨਾਂ ਦਾ ਕੋਈ ਪ੍ਰਧਾਨ ਵੀ ਨਹੀਂ ਤਾ,
ਕੋਈ MC ਵੀ ਆ, ਪੰਚ ਵੀ ਨਹੀਂ ਬਣਦਾ ਤਾਂ ਸਿਰਫ ਇੱਕ ਮੈਸੇਜ ਦੇਣ ਵਾਸਤੇ ਬਾਦਲ ਸਾਹਿਬ ਨੇ ਕਰਿਆ ਤਾ। ਔਰ ਜਦ ਤੱਕ ਪੰਜਾਬ ਦੇ ਹੱਕਾਂ 'ਤੇ ਠੀਕ ਤਰ੍ਹਾਂ ਸਹਿਮਤ ਹੁੰਦੇ ਰਹੇ ਅਕਾਲੀ ਦਲ ਨਾਲ, ਠੀਕ ਆ। ਜਿਸ ਦਿਨ ਉਹਨਾਂ ਨੇ ਗੜਬੜ ਕਰੀ, ਅਸੀਂ ਮਿਨਿਸਟਰੀਆਂ ਛੱਡ ਕੇ ਬਾਹਰ ਆ ਗਏ। ਹੁਣ ਵੀ ਸਮਝੌਤੇ ਤੋੜੇ, ਸਭ ਕੁਝ ਤੋੜੇ, ਔਰ ਬਿਲਕੁਲ ਦੇਖੋ 200% ਮੈਂ ਕਹਿੰਦੀ ਹਾਂ, ਕੋਈ ਸਮਝੌਤਾ ਨਹੀਂ ਪੰਜਾਬ ਦੇ ਹਿੱਤਾਂ ਦੇ ਖਿਲਾਫ ਕਿਸੇ ਨਾਲ ਵੀ, ਸਮਝੌਤਾ ਨਹੀਂ। ਪਾਰਟੀ ਦੇ ਅੰਦਰ ਵੀ ਕੋਈ ਲੀਡਰ ਗੜਬੜ ਕਰਦਾ ਉਹਦੇ ਨਾਲ ਵੀ ਨਹੀਂ, ਬਿਲਕੁਲ ਵੀ ਨਹੀਂ। 200% ਪੰਜਾਬ ਦੇ ਹੱਕਾਂ ਦੀ ਲੜਾਈ ਪੂਰੀ ਇਮਾਨਦਾਰੀ ਨਾਲ ਡਟ ਕੇ ਲੜਾਂਗੇ, ਕਿਸੇ ਨੂੰ ਉਲਾਂਭਾ ਨਹੀਂ ਆਊਗਾ। MP ਸੀਟ ਦੀ ਜਿਹੜੀ ਇਹਨਾਂ ਪਿਛਲੇ MPਾਂ ਨੇ ਅਹਿਮੀਅਤ ਖਤਮ ਕਰੀ ਆ, ਲੋਕਾਂ ਨੂੰ ਪਤਾ ਲੱਗੂਗਾ ਕਿ MP ਦੀ ਜ਼ਿੰਮੇਵਾਰੀਆਂ ਕਿਆ ਹੁੰਦੀਆਂ, ਪੂਰੀ ਤਰ੍ਹਾਂ ਨਿਭਾਵਾਂਗੇ। NK ਜਿਹੜੇ ਨੇ ਉਹ ਜੁਝਾਰੂ ਵੀ ਨੇ ਅਤੇ ਹਿੰਦੂ ਚਿਹਰਾ ਵੀ ਨੇ, ਪਰ ਉਸਦੇ ਨਾਲ ਨਾਲ ਪਾਰਟੀ ਨੇ ਇਸ ਟਾਈਮ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਵੀ ਕੱਢੀ ਹੈ। ਅਕਾਲੀ ਦਲ ਆਪਣੇ ਆਪ ਨੂੰ ਦੁਬਾਰਾ ਤੋਂ ਇੱਕ ਤਰ੍ਹਾਂ ਦਾ ਰੀਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ। ਪਿਛਲੇ ਦਿਨਾਂ 'ਚ ਬਾਰ ਬਾਰ ਗੱਲਾਂ ਆਈਆਂ ਸੀਗੀ, ਹਾਸ਼ੀ 'ਤੇ ਚਲੇ ਗਈ ਸਾਰਾ ਕੁਝ, ਪਰ ਬਾਵਜੂਦ ਉਸ 'ਤੇ, ਕਿਉਂਕਿ ਜਿਸ ਤਰੀਕੇ ਦੇ ਨਾਲ ਯਾਤਰਾ ਕੱਢੀ ਹੈ, ਲੋਕ ਜੁੜੇ ਨੇ ਤੁਹਾਡੇ ਨਾਲ, ਔਰ ਤੁਹਾਡੇ 'ਤੇ ਵਿਸ਼ਵਾਸ ਦੁਬਾਰਾ ਤੋਂ ਬਣਿਆ ਉਸ ਤਰੀਕੇ ਦਾ, ਤੁਹਾਨੂੰ ਲੱਗਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਫਾਇਦਾ ਹੋਏਗਾ ਇੱਥੇ ਪਟਿਆਲਾ ਕੌਂਸਟੀਚੁਐਂਸੀ 'ਚ ਤੁਹਾਨੂੰ? ਦੇਖੋ, ਕੋਈ ਹਿੰਦੂ ਸਿੱਖ ਮੁਸਲਮਾਨ ਵਾਲੀ ਕੋਈ ਗੱਲ ਨਹੀਂ ਜੀ। ਮੈਂ ਸਰਪੰਚੀ ਆ, ਇੰਨੇ ਅਹੁਦੇ ਮੈਨੂੰ ਮਿਲੇ ਆ, ਮੇਰੀ ਪਰਫੋਰਮੈਂਸ ਦੇ ਆਧਾਰ 'ਤੇ ਮਿਲੇ ਆ, ਅਤੇ ਬੰਦੇ ਦਾ ਕਰੈਕਟਰ ਜਿਹੜਾ ਨਾ ਜੀ, ਅਸੀਂ ਪੁਆਧੀ 'ਚ ਪੈਦਾ ਹੋਏ, ਬੰਦੇ ਦੇ ਨਾਲ ਹੀ ਟਰੈਵਲ ਕਰਦਾ ਗਾ, ਠੀਕ ਹੈ ਨਾ। ਜੇ ਮੈਂ ਉੱਥੇ ਪਰਫੋਰਮ ਕਰਿਆ ਤਾਂ ਇੱਥੇ ਵੀ ਕਰਾਂਗਾ। ਇਸੇ ਕਰਕੇ ਲੋਕਾਂ ਨੇ ਇੰਨਾ ਪਿਆਰ ਦਿਆ, ਮੇਰੇ ਨੌਜਵਾਨ ਵੀਰ ਭੱਜ ਭੱਜ ਕੇ ਫੋਟੋਆਂ ਕਰਵਾਉਂਦੇ ਆ, ਇੱਜ਼ਤ ਦਿੰਦੇ ਆ, ਬੇਬ ਕਰਦੇ ਆ, ਆ ਕੇ ਮਿਲਦੇ ਆ, ਜੱਫੀਆਂ ਪਾ ਕੇ ਮਿਲਦੇ ਆ, ਕਿਉਂਕਿ ਇਹਨਾਂ ਨੂੰ ਤਾਂ ਮਿਲੇ ਨਹੀਂ ਸਕਦੇ, ਇਹਨਾਂ ਨਾਲ ਤਾਂ 25-25-30-30 ਗਨਮੈਨ ਹੁੰਦੇ ਆ, ਮੈਨੂੰ ਤਾਂ 2 ਗਨਮੈਨ ਮਿਲੇ ਅਤੇ ਉਹ ਵੀ ਮੇਰੇ ਨਾਲ ਨਹੀਂ ਹੁੰਦੇ ਕਦੇ। ਸੋ ਇਸ ਕਰਕੇ ਵੀ ਮੈਨੂੰ ਆਸ ਆ ਵੀ ਲੋਕ ਜਿਹੜੇ ਨਾ ਜੀ, ਇਸ ਨਚੀਜ਼ ਨੂੰ ਜ਼ਰੂਰ ਮਾਣ ਦੇਣਗੇ, ਕਿਰਪਾ ਕਰਨਗੇ ਮੇਰੇ 'ਤੇ। ਮੈਂ ਥੱਲੇ ਤੋਂ ਚੱਲਿਆ, ਇੱਥੇ ਤੱਕ ਪਹੁੰਚਿਆ, ਇੱਕ ਵਰਕਰ ਨੂੰ ਮਾਣ ਸਤਿਕਾਰ ਦੇਣਗੇ। ਮੇਰੀ ਲੜਾਈ ਮਹਿਲਾਂ ਨਾਲ ਹੈਗੀ ਆ, ਮੇਰੀ ਲੜਾਈ ਕੈਬਨਿਟ ਵਜ਼ੀਰਾਂ ਨਾਲ ਆ, ਮੇਰੀ ਲੜਾਈ ਉਹਨਾਂ ਨਾਲ ਆ ਜਿਹੜੇ ਕਾਨਵੈਂਟ ਸਕੂਲਾਂ 'ਚ ਪੜ੍ਹ ਕੇ ਵੱਡੇ ਵੱਡੇ ਡਾਕਟਰ ਬਣੇ ਆ। ਮੈਂ ਤਾਂ ਥੱਲੇ ਤੋਂ ਪੜ੍ਹ ਕੇ, ਮੇਰੇ ਮਾਂ ਬਾਪ ਨੇ ਮੈਨੂੰ BSC ਕਰਵਾ ਦੀ, MSc ਕਰਵਾ ਦੀ, ਮੈਂ ਖੇਤੀ ਬਲਦਾਂ ਨਾਲ ਵੀ ਕਰੀ, ਟਰੈਕਟਰ ਨਾਲ ਵੀ ਕਰੀ, ਮੈਂ LIC ਦਾ ਕੰਮ ਵੀ ਕਰਿਆ, ਮੇਰੇ ਫਾਦਰ ਡਾਕਟਰ ਹੈਗੇ ਆ, ਮੈਂ ਉਹਨਾਂ ਨਾਲ ਵੀ ਮਾੜਾ ਮੋਟਾ ਕੰਮ ਕਰਦਾ ਰਿਹਾ। ਫਿਰ ਮੈਨੂੰ ਸਰਪੰਚ ਵੀ, ਜੋ ਮੈਨੂੰ ਜ਼ਿੰਮੇਵਾਰੀਆਂ ਮਿਲੀਆਂ ਮੈਂ ਉਹ ਨਿਭਾਈਆਂ, ਔਰ ਅੱਗੇ ਨਿਭਾਉਂਦਾ ਰਹੂੰਗਾ। ਇੱਕ ਪਾਰਟੀ 'ਚ 32 ਸਾਲ ਪਹਿਲਾਂ ਸ਼ਾਮਿਲ ਹੋਇਆ, ਤਾਂ ਸਾਰੀ ਜ਼ਿੰਦਗੀ ਇਸੇ ਪਾਰਟੀ 'ਚ ਪੰਜਾਬ ਦੀ ਜਿਹੜੀ ਸੇਵਾ ਕਰਦਾ ਰਹਾਂਗਾ, ਜੋ ਸੇਵਾ ਮਿਲੂਗੀ ਇਮਾਨਦਾਰੀ ਨਾਲ ਕਰਾਂਗਾ। ਇਹੋ ਜਿਹਾ ਕੰਮ ਜ਼ਰੂਰ ਕਰਕੇ ਜਾਊਂਗਾ ਵੀ ਜਾਣ ਤੋਂ ਬਾਅਦ ਵੀ ਲੋਕ ਯਾਦ ਰੱਖਣ। ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਲ ਸੀਗੇ NK ਸ਼ਰਮਾ, ਜਿਹੜੇ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਉਤਾਰੇ ਗਏ ਨੇ। ਸਰਪੰਚ ਜਦੋਂ ਬਣੇ ਸੀ ਉਦੋਂ ਵੀ ਯੰਗੈਸਟ ਸੀਗੇ, ਸਭ ਤੋਂ ਜ਼ਿਆਦਾ ਘੱਟ ਉਮਰ ਦੇ ਸੀਗੇ। ਹੁਣ ਵੀ ਜਿਹੜੇ ਸਾਰੇ ਦੇ ਸਾਰੇ ਉਮੀਦਵਾਰ ਇੱਥੇ ਉਤਾਰੇ ਗਏ ਨੇ, ਉਹਨਾਂ 'ਚ ਸਭ ਤੋਂ ਘੱਟ ਉਮਰ ਦੇ ਉਮੀਦਵਾਰ ਨੇ, ਯੰਗੈਸਟ ਕਹੇ ਜਾ ਸਕਦੇ ਨੇ। ਉਸਦੇ ਨਾਲ ਹੀ ਉਹਨਾਂ ਨੇ ਆਪਣੀ ਤਕਰੀਰ ਰੱਖੀ ਹੈ ਕਿ ਮੈਂ ਵੱਖ ਵੱਖ ਤਰੀਕੇ ਦੇ ਨਾਲ ਇੱਥੇ ਲੋਕਾਂ ਦੇ ਵਿੱਚ ਵਿਚਰ ਰਿਹਾ ਔਰ ਦੇਖ ਰਿਹਾ ਕਿ ਲੋਕਾਂ ਦੀ ਕੀ ਤਕਲੀਫਾਂ ਨੇ। ਪਰ ਉਸਦੇ ਨਾਲ ਉਹਨਾਂ ਨੇ ਇੱਕ ਬਹੁਤ ਅਹਿਮ ਗੱਲ ਕਹੀ ਹੈ ਕਿ ਕਿਸੇ ਵੀ ਪਾਰਟੀ ਦੇ ਨਾਲ ਕਿਸੇ ਵੀ ਲੈਵਲ 'ਤੇ ਸਮਝੌਤਾ ਨਹੀਂ ਕੀਤਾ ਜਾਏਗਾ, ਔਰ ਲੋਕ ਸਭਾ ਦੇ ਵਿੱਚ ਜੇ ਮੈਨੂੰ ਲੋਕ ਲੈ ਕੇ ਆਉਂਦੇ ਨੇ, ਸੀਟ ਜਿਤਾਉਂਦੇ ਨੇ ਪਟਿਆਲਾ ਵਾਲੀ, ਤਾਂ ਮੈਂ ਲੋਕਾਂ ਦੇ ਹਿੱਤ ਦੇ ਕੰਮ ਕਰਾਂਗਾ ਔਰ ਲੋਕਾਂ ਦੇ ਲਈ ਕੰਮ ਕਰਾਂਗਾ। ਬਹੁਤ ਹੀ ਨੀਚੇ ਤੋਂ ਉੱਠਿਆ ਹੋਇਆ, ਪਰ ਲੋਕਾਂ ਦੇ ਨਾਲ ਖੜਾਂਗਾ। ਖਾਸ ਕਰਕੇ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਨੇ, ਕਿਉਂਕਿ ਉਹਨਾਂ ਨੇ ਲਗਾਤਾਰ ਦੇਖਿਆ ਕਿ ਕਿਸਾਨ ਪੂਰੇ ਤਰੀਕੇ ਦੇ ਨਾਲ ਆਪਣੀ ਇੱਕ ਸਟਰਗਲ ਕਰ ਰਿਹਾ, ਸੰਘਰਸ਼ ਕਰ ਰਿਹਾ, ਅਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਵੀ ਮੈਂ ਖੜਾਂਗਾ। ਜੇ ਮੈਂ ਜਿੱਤ ਕੇ ਜਾਣਾ ਤਾਂ ਸਭ ਤੋਂ ਪਹਿਲੇ ਕਿਸਾਨਾਂ ਕੋਲ ਹੀ ਜਾਵਾਂਗਾ, ਉਹਨਾਂ ਨੂੰ ਜਾ ਕੇ ਮਿਲਾਂਗਾ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਆਪਣੀ ਸ਼ੁਰੂਆਤ ਕੀਤੀ ਹੈ ਕੈਂਪੇਨ ਦੀ, ਕਨਵੈਂਸਿੰਗ ਦੀ, NK ਸ਼ਰਮਾ ਨੇ, ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ
ਉਮੀਦਵਾਰ ਨੇ ਪਟਿਆਲਾ ਲੋਕ ਸਭਾ ਸੀਟ ਤੋਂ ਅਤੇ ਉਹ ਲਗਾਤਾਰ ਹੁਣ ਲੋਕਾਂ ਨੂੰ ਮਿਲ ਰਹੇ ਨੇ, ਵੱਖ ਵੱਖ ਜਗ੍ਹਾਵਾਂ 'ਤੇ ਜਾ ਰਹੇ ਨੇ, ਹਜੇ ਕਿ ਨਾਮਜ਼ਦਗੀਆਂ ਭਰਨੀਆਂ ਨੇ, ਉਹਦੇ ਬਾਅਦ ਵੀ ਅੱਗੇ ਸਫ਼ਰ ਜਿਹੜਾ ਲੰਬਾ ਹੈਗਾ, ਚਾਹੇ ਇਸ ਚੋਣਾਂ ਦੀ ਗੱਲ ਕਰ ਲਈਏ, ਕਿਉਂਕਿ ਜੂਨ ਦੇ ਵਿੱਚ ਚੋਣਾਂ ਹੋਣੀਆਂ ਨੇ, 1 ਜੂਨ ਨੂੰ ਪੈਣੀਆਂ ਨੇ, ਸਾਰੀ ਗੱਲਾਂ ਨੇ, ਪਰ ਉਸਦੇ ਬਾਵਜੂਦ ਆਪਣੀ ਕੈਂਪੇਨਿੰਗ ਅਤੇ ਕਨਵੈਸਿੰਗ ਦੀ ਪੂਰੀ ਤਰੀਕੇ ਦੇ ਨਾਲ ਸ਼ੁਰੂਆਤ ਜਿਹੜਾ ਉਹ ਡਟ ਕੇ ਕਰ ਚੁੱਕੇ ਨੇ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਪਟਿਆਲਾ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।